ਇਚਾਉਂਪਲਸ ਅਸੀਂ ਹਾਰਵੈਸ ਸਰਸੰਗਰਿਆ ਦਾ ਚਾਉਂਪਲਸ 10 ਕਿਜੀ ਦਾ ਅਸੀਂ ਬੈਚ ਲਾਇਆ ਤੇ ਇਹ ਤੁਸੀਂ ਦੇਖ ਰਹੇ ਹੋ ਤਕਰੀਬਨ ਚਾਂਦੀ ਦੇ ਵਰਕ ਖੋਲੇ ਜਾ ਰਹੇ ਸੀ ਜੈਨਮ ਪ੍ਰੋਡਕਟਸ ਨੇ ਜੈਨਮ ਕੰਪਨੀ ਦਾ ਮਤਲਬ ਪਿਓਰ 100% ਪਿਓਰ ਜਿਹੜਾ ਚਾਂਦੀ ਦੇ ਵਰਕ ਸ਼ੁੱਧਤਾ ਦਾ ਪ੍ਰਤੀਕ ਜਿਹਦੇ ਵਿੱਚ ਕੋਈ ਵੀ ਮਤਲਬ ਮਲਬਤ ਨਹੀਂ ਇਹ ਤੁਸੀਂ 150 ਵਰਕ ਜਿਹੜਾ ਅਸੀਂ 10 ਕਿਲੋ ਚਾਉਂਪਲਸ ਦੇ ਵਿੱਚ ਮਿਲਾਇਆ ਤੇ ਲਗਭਗ ਜਿਹੜਾ ਅਸੀਂ ਪੈਕ ਤਿਆਰ ਕੀਤਾ ਟਰੈਡੀਸ਼ਨਲ ਪੈਕ ਸਾਡਾ ਤਿਆਰ ਹੋਇਆ ਤੇ ਜਿਹਦੇ ਵਿੱਚ ਤਕਰੀਬਨ ਤੁਸੀਂ ਇਹ ਲਾਲੋ ਵੀ ਗਲਾਸ ਬੋਤਲ ਦੇ ਵਿੱਚ ਅਸੀਂ ਪੈਕਿੰਗ ਕੀਤੀ ਹੈ 450 ਗ੍ਰਾਮ ਦੇ ਲਗਭਗ ਜਿਹੜਾ ਹੈਗਾ ਇਹ ਚਾਉਂਡ ਪਲਾਸ ਪੈਕ ਹੋਇਆ ਉਹਦੇ ਵਿੱਚ ਉਹਦੇ ਵਿੱਚ ਤਕਰੀਬਨ 7 ਤੋਂ 8 ਵਰਕ ਤਕਰੀਬਨ ਗਏ ਨੇ ਜੀ ਇੱਕ ਦੇ ਵਿੱਚ ਤੇ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਕਾਜੂ ਬਦਾਮ ਤੇ ਸੌਗੀ ਵੀ ਮਤਲਬ ਮਲਾਈਆ ਡਰਾਈ ਫਰੂਟ ਵਾਲਾ ਇਹ ਅਸੀਂ ਚਾਉਂਡ ਪਲਾਸ ਰੈਡੀ ਕੀਤਾ ਇਹ ਹੁਣ ਤੁਸੀਂ ਦੇਖ ਰਹੇ ਹੋ ਤਕਰੀਬਨ ਚਾਂਦੀ ਦੇ ਵਰਕ ਮਲਾਈ ਜਾ ਰਹੇ ਨੇ ਚਾਂਦੀ ਦੇ ਵਰਕ ਜਿਹੜੇ ਹੈਗੇ ਨੇ ਇਹ ਚਾਉਂਡ ਪਲਾਸ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਚਾਂਪਲਾਸ ਦਾ ਵੈਸੇ ਹੀ ਮਤਲਬ ਸਖਤੀ ਸਰ ਲੀ ਹੈ ਪਰ ਜਦੋਂ ਮਤਲਬ ਚਾਂਦੀ ਦੇ ਵਰਕ ਪੈ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਵੀ ਪਤਾ ਚਾਂਦੀ ਦੇ ਵਰਕ ਬ੍ਰੇਨ ਨੂੰ ਬਾਡੀ ਨੂੰ ਇਮਿਊਨਿਟੀ ਬੂਸਟਿੰਗ ਦਾ ਵਰਕ ਆਊਟ ਕਰਦੇ ਆ ਤੇ ਬ੍ਰੇਨ ਦੀ ਬਿਲ ਪਾਵਰ ਵਾਦੀ ਹੈ ਚਾਂਦੀ ਦੇ ਨਾਲ ਮਾਈਂਡ ਸਰਪ ਹੁੰਦਾ ਮੈਮਰੀ ਸਰਪ ਹੁੰਦੀ ਹੈ ਜਿਹਦੇ ਨਾਲ ਬੱਚੇ ਜਿਹੜੇ ਹੈਗੇ ਨੇ ਪੜਾਈ ਦੇ ਵਿੱਚ ਮਨ ਨਹੀਂ ਲਾਉਂਦੇ ਜਾਂ ਪੜਾਈ ਨੂੰ ਭੁੱਲ ਜਾਂਦੇ ਨੇ ਕੋਈ ਲੈਸਨ ਜਾਰ ਕੀਤਾ ਤੇ ਫਿਰ ਮਤਲਬ ਭੁੱਲ ਗਈ ਉਹ ਚੀਜ਼ ਇਹਦੇ ਨਾਲ ਬਹੁਤ ਵਧੀਆ ਢੰਗ ਨਾਲ ਕਵਰ ਹੁੰਦੀ ਹੈ ਕਿ ਤੁਸੀਂ ਅੱਗੇ ਚੱਲ ਕੇ ਦੇਖੋਗੇ ਹੁਣ ਅਸੀਂ ਇਹਦੇ ਵਿੱਚ ਇੰਗੜਾ ਹੈਗਾ ਕਾਜੂ ਬਦਾਮ ਤੇ ਸੌਗੀ ਮਲਾਵਾਂਗੇ ਦੇਖੋ ਕਾਜੂ ਬਦਾਮ ਤੇ ਸੌਗੀ ਵਧੀਆ ਟੰਗ ਦੇ ਨਾਲ ਸਾਫ਼ ਸੁਥਰੀ ਲੈ ਕਰਕੇ ਇਹਦੇ ਵਿੱਚ ਤਕਰੀਬਨ ਮਲਾਈ ਜਾਏਗੀ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਆਫ ਕੀਤਾ ਜਾਏਗਾ ਤੇ ਇਹ ਆਯੁਰਵੇਦ ਸਾਰਸੰਗ੍ਰਹਿ ਦਾ ਤਕਰੀਬਨ ਗ੍ਰੰਥ ਹੈ ਆਯੁਰਵੇਦ ਸਾਰਸੰਗ੍ਰਹਿ ਉਹਦੇ ਵਿੱਚ ਲਗਭਗ 50 ਜਿਹੜੀ ਬੂਟੀਆਂ ਤੋਂ ਮਿਲ ਕੇ ਬਣਿਆ ਹੋਇਆ ਚਾਹਨ ਪਲੱਸ ਸਪੈਸ਼ਲ ਜਿਹੜਾ ਅਸੀਂ ਕੁਇੰਟਲ ਤਿਆਰ ਕਰਵਾਇਆ ਤੇ ਉਹਦੇ ਵਿੱਚ ਅਸੀਂ ਹੁਣ ਤੁਸੀਂ ਦੇਖੋਗੇ ਇਹ ਮਿਲਾ ਦਿੱਤਾ ਸਾਰੀਆਂ ਚੀਜ਼ਾਂ ਡਰਾਈ ਫਰੂਟ ਵਗੈਰਾ ਅੱਗੇ ਚਲ ਕੇ ਹੁਣ ਤੁਸੀਂ ਦੇਖੋਗੇ ਤਕਰੀਬਨ ਇਹਦੇ ਵਿੱਚ ਸਭ ਤੋਂ ਪਹਿਲਾਂ ਚਾਂਦੀ ਦੇ ਵਰਕ ਜਿਹੜੇ ਆਪਾਂ ਪਾਏ ਸੀ ਉਹ ਮਿਲਾਏ ਜਾਣਗੇ ਉਹ ਮਿਲਾ ਕੇ ਉਸ ਤੋਂ ਬਾਅਦ ਵਿੱਚ ਇਹ ਜਿਹੜੇ ਤੁਹਾਨੂੰ ਦਿਖਾਇਆ ਡਰਾਈ ਫਰੂਟ ਪਾਇਆ ਜਾਏਗਾ ਇਹ ਘਟੋ ਘਟ 20-25 ਮਿੰਟ ਇਹਨੂੰ ਘੜੀ ਦੇਖ ਕੇ ਲਗਾਤਾਰ ਮਤਲਬ ਮਿਕਸ ਅਪ ਕੀਤਾ ਗਿਆ ਤਾਂ ਜੋ ਜਰੇ ਜਰੇ ਦੇ ਵਿੱਚ ਚੌਣ ਪਲਾਸ ਦੇ ਵਿੱਚ ਚਾਂਦੀ ਦੇ ਵਰਕ ਦਾ ਅਸਰ ਰਹਿ ਜਾਵੇ ਤੇ ਚਾਂਦੀ ਦੇ ਵਰਕ ਦੀ ਜੋ ਕਹਿ ਸਕਦੇ ਆ ਵੀ ਤਾਕਤ ਹੈ ਉਹ ਖਾਣ ਵਾਲੇ ਦੇ ਸਰੀਰ ਦੇ ਵਿੱਚ ਜਾਏ ਤੇ ਇਦਾਂ ਹੀ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਪ੍ਰੋਸੈਸ ਡਰਾਈ ਫੂਡ ਨੂੰ ਮਿਲਾਉਂਦਾ ਇਹ ਕੰਟੀਨਿਊਸ ਮਤਲਬ ਮਿਲਾਇਆ ਜਾਏਗਾ ਇਹਨੂੰ ਵੀ 20-25 ਤੋਂ ਮਿੰਟ ਮੱਲੇ ਵਧੀਆ ਢੰਗ ਦੇ ਨਾਲ ਪ੍ਰੋਸੈਸਿੰਗ ਦੇ ਵਿੱਚ ਲੈ ਕੇ ਮਿਕਸ ਅਪ ਕੀਤਾ ਜਾਏਗਾ ਇੱਕ ਸ਼ਾਰਟ ਵੀਡੀਓ ਬਣਾਈ ਆ ਸੀ ਕੁਝ-ਕੁਝ ਸੈਕਿੰਡ ਦੀ ਤੇ ਤਾਂ ਜੋ ਤੁਸੀਂ ਮਤਲਬ ਇਹਨੂੰ ਦੇਖ ਪਾਓ ਕਿ ਚਾਹਾਂ ਪਲੱਸ ਕਿਸ ਵਿਧੀ ਨਾਲ ਤਿਆਰ ਹੋਇਆ ਇਹ ਵਿਧੀ ਵਿਧਾਨ ਦੇ ਨਾਲ ਤਿਆਰ ਹੋਇਆ ਚਾਹਾਂ ਪਲੱਸ ਜਿਹਦੇ ਵਿੱਚ ਲਗਭਗ ਅਸੀਂ ਦੇਖਿਆ ਵੀ ਇੱਕ ਪੌਚ ਦੇ ਵਿੱਚ ਜਿਹੜਾ ਇੱਕ ਤੁਹਾਨੂੰ ਯਾਰ ਦੇ ਰਹੇ ਹਾਂ ਅਸੀਂ 450 ਗ੍ਰਾਮ ਦਾ ਉਹਦੇ ਵਿੱਚ 21 ਗ੍ਰਾਮ ਦੇ ਲਗਭਗ ਕਾਜੂ 21 ਗ੍ਰਾਮ ਦੇ ਲਗਭਗ ਬਦਾਮ ਤੇ ਲਗਭਗ 30 ਗ੍ਰਾਮ ਦੇ ਲਗਭਗ ਜਿਹੜੀ ਸੌਗੀ ਆ ਉਹ ਵਿੱਚ ਆਉਂਦੀ ਹੈ ਤੇ 7-8 ਜਿਹੜੇ ਹੈਗੇ ਨੇ ਚਾਂਦੀ ਦੇ ਵਰਕ ਆਉਂਦੇ ਨੇ ਤੇ ਬਹੁਤ ਹੀ ਰਿਸਪੌਂਸਿਵ ਰਿਜ਼ਲਟ ਸਾਨੂੰ ਇਸ ਚਾਉਂ ਪਲੱਸ ਦਾ ਮਿਲ ਪਾ ਰਿਹਾ ਜਿਹੜੇ ਪੇਸ਼ੈਂਟ ਨੂੰ ਅਸੀਂ ਦੇ ਰਹੇ ਹਾਂ ਬਹੁਤ ਹੀ ਰਿਸਪੌਂਸਿਵ ਰਿਜ਼ਲਟ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਇਹ ਇਹ ਕਹਿੰਦੀਆਂ ਗੱਲਾਂ ਨਹੀਂ ਜੇ ਤੁਸੀਂ ਖੁਦ ਯੂਜ਼ ਕਰੋਗੇ ਤੁਹਾਨੂੰ ਖੁਦ ਪਤਾ ਲੱਗੇਗਾ ਇਹ ਚਾਉਂ ਬਲਾਸ ਅਸੀਂ ਤੁਹਾਡੇ ਘਰ ਤੱਕ ਤੁਹਾਨੂੰ ਪਹੁੰਚਦਾ ਕਰ ਸਕਦੇ ਹਾਂ ਜੇ ਕਰਕੇ ਤੁਸੀਂ ਮਤਲਬ ਇਸ ਨੂੰ ਮੰਗਵਾਉਣਾ ਚਾਹੁੰਦੇ ਹੋ ਸਾਨੂੰ ਕੋਈ ਵੇਚਣ ਦਾ ਵੀ ਹੈ ਨਹੀਂ ਕਿਉਂਕਿ ਸਾਡੇ ਪੇਸ਼ੈਂਟ ਜਿਹੜੇ ਆ ਰਹੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਵਧੀਆ ਢੰਗ ਨਾਲ ਸਾਡਾ ਵਿਕ ਰਿਹਾ ਪਰ ਅਸੀਂ ਇਹ ਤਿਆਰ ਕੀਤਾ ਇੱਕ ਘਟੋ ਘਟ ਅਸੀਂ ਤਕਰੀਬਨ ਇਹ 4-5 ਬੈਚ ਤਿਆਰ ਕਰ ਚੁੱਕੇ ਹਾਂ ਇਸਹੀਂ 10 ਕਿਲੋ ਦੇ ਕਿਤੇ 12 ਕਿਲੋ ਦਾ ਕਿਤੇ 15 ਕਿਲੋ ਦਾ ਵਧੀਆ ਰਿਸਪੌਂਸਿਵ ਜਰਸਨ ਨੂੰ ਮਿਲ ਰਿਹਾ ਇਹ ਜੇ ਤੁਸੀਂ ਮਤਲਬ ਇਹਨੂੰ ਪਰਚੇਸ ਕਰਨ ਦੀ ਸਕੋ ਤੋਂ ਸਾਨੂੰ ਮਤਲਬ ਤੁਹਾਡੇ ਹੀਟਾਂ ਦੇ 3 ਨੰਬਰ ਤੇ ਸੰਪਰਕ ਕਰਕੇ WhatsApp ਤੇ ਤੁਸੀਂ ਸੰਪਰਕ ਕਰ ਸਕਦੇ ਹੋ